ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੇਗਵੀਰ ਤੇ ਵਾਅਦੇ ਅਨੁਸਾਰ ਪ੍ਰੋਗਰਾਮ ਮਿੱਠੀਆਂ ਗੱਲਾਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਅੱਜ ਤੁਹਾਨੂੰ ਰੂਬਰੂ ਕਰਾਵਾਂਗੇ ਉਸ ਗਾਇਕਾ ਦੇ ਨਾਲ ਜਿਸਨੇ ਚਮਕ ਦਮਕ ਦੀ ਦੁਨੀਆ ਵਿੱਚ ਪੈਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀ ਗਾਇਕੀ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਤੋਂ ਕੀਤੀ। ਤੁਹਾਡੀ ਨਜ਼ਰ ਕੰਚਨ ਅਗਨੀਹੋਤਰੀ ਜੀ। ਕੰਚਨ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਨਮਸਕਾਰ ਜੀ। ਤੇ ਅਸੀਂ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਪਰ ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਮਿਊਜ਼ਿਕ ਵਿੱਚ ਤੁਹਾਡਾ ਇੰਟਰਸਟ ਕਿਸ ਤਰ੍ਹਾਂ ਪਿਆ? ਮਿਊਜ਼ਿਕ ਦੇ ਵਿੱਚ ਐਕਚੁਅਲੀ ਮੇਰੇ ਪਾਪਾ ਗਾਉਂਦੇ ਸੀਗੇ ਤੇ ਬਸ ਇਸ ਤਰ੍ਹਾਂ ਹੀ ਮੈਨੂੰ ਇੰਟਰਸਟ ਹੋ ਗਿਆ। ਅੱਛਾ ਜੀ, ਤੇ ਫਿਰ ਕਿਸ ਉਮਰ ਦੇ ਵਿੱਚ ਤੁਹਾਨੂੰ ਰਿਅਲਾਈਜ਼ ਹੋਇਆ ਕਿ ਨਹੀਂ, ਪਾਪਾ ਗਾਉਂਦੇ ਆ ਤੇ ਹੁਣ ਮੈਂ ਵੀ ਮਿਊਜ਼ਿਕ ਦੇ ਵਿੱਚ ਜਾਣਾ ਹੈ ਤੇ ਮੈਂ ਵੀ ਮਿਊਜ਼ਿਕ ਵੱਲ ਆਪਣਾ ਫਿਊਚਰ ਬਣਾਉਣਾ ਚਾਹੁੰਦੀ ਹਾਂ? ਐਕਚੁਅਲੀ ਮੈਂ ਨੀਅਰ ਅਬਾਊਟ 32 ਦੀ ਏਜ ਵਿੱਚ ਸੀਗੀ ਜਿਸ ਲਈ ਮੈਂ ਸੋਚਿਆ ਕਿ ਮੈਂ ਗਾ ਸਕਦੀ ਹਾਂ 32 ਦੀ ਏਜ ਵਿੱਚ। ਹਾਂਜੀ, ਤੇ ਕਈ ਲੋਕਾਂ ਦੇ ਅਨੁਸਾਰ ਇਹ ਏਜ ਬਹੁਤ, ਜਿੱਦਾਂ ਤੁਸੀਂ ਸਮਝ ਸਕਦੇ ਹੋ ਕਿ ਲੇਟ ਹੈ, ਫਿਰ ਇੰਨੀ ਗੈਪ, ਇੰਨਾ ਵੱਡਾ ਗੈਪ ਕਿਉਂ? ਜੇ ਇੱਕ ਵਾਰ ਡਿਸਾਈਡ ਕਰ ਲਿਆ ਸੀ ਕਿ ਮਿਊਜ਼ਿਕ 'ਚ ਜਾਣਾ ਤੇ ਇੰਨਾ ਲੰਬਾ ਗੈਪ ਕਿਉਂ? ਐਕਚੁਅਲੀ ਮੇਰੀ ਮੈਰਿਜ ਜਲਦੀ ਹੋ ਗਈ। ਓਕੇ। ਹਾਂਜੀ, ਤੇ ਫਿਰ ਕਿਸ ਤਰ੍ਹਾਂ ਦਾ ਸਪੋਰਟ ਰਿਹਾ ਤੁਹਾਡਾ? ਸਪੋਰਟ ਮੇਰਾ ਮੇਰੇ ਹਸਬੈਂਡ ਨੇ ਕੀਤਾ। ਤੇ ਪੇਰੈਂਟਸ ਵੱਲੋਂ? ਪੇਰੈਂਟਸ ਵੱਲੋਂ ਨਹੀਂ ਹੋਇਆ ਸੀ। ਅੱਛਾ ਜੀ। ਕਿਉਂਕਿ ਫਾਦਰ ਸਾਹਿਬ ਪਸੰਦ ਨਹੀਂ ਕਰਦੇ ਸੀ। ਐਕਚੁਅਲੀ ਉਹਨਾਂ ਨੂੰ ਉਹਨਾਂ 'ਚ ਗੁਣ ਸੀਗਾ, ਉਹੀ ਗੁਣ ਮੇਰੇ 'ਚ ਵੀ ਆਇਆ, ਬਟ ਉਹ ਨਹੀਂ ਚਾਹੁੰਦੇ ਸੀ ਕਿ ਕੁੜੀਆਂ ਗਾਉਣ ਉਸ ਟਾਈਮ ਦੇ ਉੱਤੇ। ਯੂਨੋ ਨਹੀਂ ਸੀ ਇੰਨਾ ਕਰੇਜ਼ ਨਹੀਂ ਸੀ ਗਾਉਣ ਦਾ, ਬਟ ਮੇਰੇ ਹਸਬੈਂਡ ਨੇ ਮੈਨੂੰ ਕਾਫੀ ਸਪੋਰਟ ਕੀਤਾ। ਕਿੱਦਾਂ, ਥੋੜ੍ਹਾ ਜਿਹਾ ਸਾਨੂੰ ਡਿਟੇਲਸ ਦੇ ਵਿੱਚ ਦੱਸੋਗੇ? ਹਾਂਜੀ ਬਿਲਕੁਲ। ਐਕਚੁਅਲੀ ਉਹ ਰੇਲਵੇ ਇੰਪਲਾਈ ਤੇ ਰੇਲਵੇ ਦਾ ਕੋਈ ਪ੍ਰੋਗਰਾਮ ਸੀ ਤੇ ਮੈਂ ਉਸ ਟਾਈਮ ਨੀਅਰ ਅਬਾਊਟ 32 'ਚ ਸੀਗੀ ਲਰਨਿੰਗ, ਅਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਆਮ ਲੇਡੀ ਸੰਗੀਤ ਹੁੰਦਾ ਅਤੇ ਉੱਥੇ ਜਾ ਕੇ ਗਾਈਦਾ ਸੀ ਅਤੇ ਸਾਰੇ ਕਹਿੰਦੇ ਸੀ ਕਿ ਤੁਸੀਂ ਬੜਾ ਅੱਛਾ ਗਾਉਂਦੇ ਹੋ, ਤੁਸੀਂ ਕਿਉਂ ਨਹੀਂ ਟਰਾਈ ਕੀਤਾ? ਅਤੇ ਮੈਂ ਕਿਹਾ ਨਹੀਂ, ਮੇਰੀ ਮੈਰਿਜ ਜਲਦੀ ਹੋ ਗਈ, ਮੇਰੇ ਬੱਚੇ ਹੋ ਗਏ ਅਤੇ ਮੈਂ ਨਹੀਂ ਕਰ ਸਕੀ। ਅਤੇ ਫਿਰ ਉਹਦੇ ਵਿੱਚ ਪ੍ਰੋਗਰਾਮ ਸੀ, ਅਹਿਮਦਾਬਾਦ ਪ੍ਰੋਗਰਾਮ ਹੋਣਾ ਸੀ, ਉੱਥੇ ਫਿਰ ਮੈਂ ਇੱਕ ਸੌਂਗ ਵੀ ਗਾਇਆ, ਉਹ ਵੀ ਆਪਣੇ ਹਸਬੈਂਡ ਦੇ ਲਿਖਿਆ ਹੋਇਆ। ਅੱਛਾ ਜੀ। ਹਾਂਜੀ, ਮਤਲਬ ਤੁਸੀਂ ਗਾਉਂਦੇ ਹੋ ਤੇ ਤੁਹਾਡੇ ਹਸਬੈਂਡ ਲਿਖਦੇ ਨੇ? ਹਾਂਜੀ, ਉਹ ਮੇਰੇ ਹਸਬੈਂਡ ਲਿਖਦੇ ਨੇ, ਮੈਂ ਉਹਨਾਂ ਦੇ ਹੀ ਲਿਖੇ ਹੋਏ ਗਾਉਂਦੀ ਹਾਂ। ਓਕੇ ਓਕੇ ਓਕੇ। ਤੇ ਫਿਰ ਤੁਸੀਂ ਸੰਗੀਤ ਦੀ ਤਾਲੀਮ ਕਿਸ ਤੋਂ ਲਈ? ਤਾਲੀਮ ਨਹੀਂ ਕਹਿ ਸਕਦੀ ਕਿਉਂਕਿ ਇਹ ਮੈਨੂੰ ਗੋਡ ਗਿਫਟ ਹੈ, ਕਿਉਂਕਿ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦੀ ਕਿ ਮੇਰੇ ਗੁਰੂ ਕੌਣ ਨੇ। ਐਕਚੁਅਲੀ ਮੇਰੇ ਗੁਰੂ ਮੇਰੇ ਫਾਦਰ ਸਾਹਿਬ ਹੀ ਨੇ, ਕਿਉਂਕਿ ਮੈਂ ਸਿੱਖਿਆ ਹੀ ਨਹੀਂ, ਮੈਨੂੰ ਸਿਰਫ ਗੋਡ ਗਿਫਟ ਸੀਗਾ। ਤੇ ਜਦੋਂ ਗਾਉਂਦੇ ਸੀ ਤੇ ਤੁਸੀਂ ਉਹਨਾਂ ਨੂੰ ਅਬਜ਼ਰਵ ਕਰਦੇ ਸੀ? ਹਾਂਜੀ ਬਿਲਕੁਲ। ਤੇ ਕਦੇ ਖੁੱਲ੍ਹ ਕੇ ਦੱਸਿਆ ਨਹੀਂ ਫਾਦਰ ਸਾਹਿਬ ਨੂੰ ਕਿ ਪਾਪਾ ਮੈਂ ਵੀ ਮਿਊਜ਼ਿਕ ਵਿੱਚ ਜਾਣਾ ਚਾਹੁੰਦੀ ਹਾਂ, ਮੇਰਾ ਵੀ ਸੁਪਨਾ ਹੈ? ਨਹੀਂ, ਮੈਂ ਉਹਨਾਂ ਨੂੰ ਦੱਸ ਨਹੀਂ ਸਕੀ। ਐਕਚੁਅਲੀ ਮੈਂ ਬਹੁਤ ਡਰਦੀ ਸੀ ਉਹਨਾਂ ਤੋਂ ਤੇ ਮੈਂ ਕਦੀ ਦੱਸਿਆ ਹੀ ਨਹੀਂ, ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਫਿਰ ਪਛਤਾਵਾ ਨਹੀਂ ਹੋਇਆ ਕਿ ਕਾਸ਼ ਮੈਂ ਪਾਪਾ ਨੂੰ ਥੋੜਾ ਪਹਿਲਾਂ ਦੱਸ ਦਿੰਦੀ? ਹਾਂ, ਇਹ ਤਾਂ ਹੋਇਆ। ਉਹ ਮੇਰੇ ਹਸਬੈਂਡ ਨੇ ਵੀ ਮੈਨੂੰ ਕਿਹਾ ਕਿ ਅਗਰ ਮੰਮੀ ਪਾਪਾ ਤੇਰੇ ਸਪੋਰਟ ਕਰਦੇ ਤੈਨੂੰ ਤੇ ਅੱਜ ਤੂੰ ਕਿਤੇ ਦੀ ਕਿਤੇ ਹੁੰਦੀ, ਬਟ ਮੈਂ ਕਿਹਾ ਕਿ ਨਹੀਂ, ਜੋ ਮਿਲਣਾ ਹੁੰਦਾ ਉਹੀ ਮਿਲਦਾ, ਜਿਸ ਟਾਈਮ ਜਿਹੜੀ ਚੀਜ਼ ਮਿਲਣੀ ਹੈ ਉਸੇ ਟਾਈਮ ਮਿਲਣੀ ਹੈ। ਤੇ ਫਿਰ ਤੁਸੀਂ ਕਿੱਦਾਂ, ਪਹਿਲੀ ਮਿਊਜ਼ਿਕ ਐਲਬਮ ਜਿਹੜੀ ਤੁਹਾਡੀ ਆਈ, ਉਸ ਮਿਊਜ਼ਿਕ ਐਲਬਮ ਦਾ ਸਬਬ ਕਿਸ ਤਰ੍ਹਾਂ ਬਣਿਆ ਕਿ ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਬਸ ਦਿਸ ਇਜ਼ ਦਾ ਟਾਈਮ, ਹੁਣ ਮੈਂ ਆਪਣੀ ਮਿਊਜ਼ਿਕ ਐਲਬਮ ਕੱਢਣੀ ਹੈ? ਸਬਬ ਐਕਚੁਅਲੀ ਮੇਰੇ ਹਸਬੈਂਡ ਗਾਣੇ ਲਿਖਦੇ ਸੀ ਅਤੇ ਮੈਂ ਵੈਸੇ ਇਹਨਾਂ ਨੂੰ ਕਿਹਾ, ਮੈਂ ਕਿਹਾ ਏਜ ਦੇ ਅਕੋਰਡਿੰਗ ਮੈਂ, ਅਗਰ ਤੁਸੀਂ ਮੈਨੂੰ ਭਜਨ ਲਿਖ ਕੇ ਦਿਓ ਕੋਈ ਤਾਂ ਮੈਂ ਉਹ ਗਾਵਾਂ, ਕਿਉਂਕਿ ਦੁਨੀਆ ਹੈ, ਲੋਕ ਕਹਿਣਗੇ ਕਿ ਇਸ ਏਜ ਦੇ ਵਿੱਚ ਇਹ ਗਾਣਾ ਗਾ ਰਹੀ ਹੈ। ਅਤੇ ਇਹਨਾਂ ਨੇ ਫਿਰ ਇੱਕ ਸ਼ਬਦ ਲਿਖਿਆ ਕਿ ਉਹਨਾਂ ਸ਼ਰਨ ਗੁਰੂਆਂ ਦੀ ਮੈਂ ਆਵਾਂ, ਉਹ ਮੇਰਾ ਪਹਿਲਾ, ਮਤਲਬ ਕਿ ਮੇਰੀ ਪਹਿਲੀ ਐਲਬਮ ਸੀ। ਅਤੇ ਫਿਰ ਕੰਚਨ ਜੀ ਦਾ ਸ਼ੌਂਕ ਸਿਰਫ ਮਿਊਜ਼ਿਕ ਤੱਕ ਸੀਮਿਤ ਰਹਿ ਗਿਆ ਕਿ ਮਿਊਜ਼ਿਕ ਤੋਂ ਇਲਾਵਾ ਹੋਰ ਵੀ ਕਈ ਸ਼ੌਂਕ ਨੇ? ਨਹੀਂ, ਹੋਰ ਐਕਟਿੰਗ ਦਾ ਵੀ ਸੀ ਤੇ ਬਚਪਨ 'ਚ ਸਕੂਲ ਟਾਈਮ 'ਚ ਜਿਸ ਤਰ੍ਹਾਂ ਕਰਦੀ ਸੀ, ਉਹ ਵੀ ਪਾਪਾ ਤੋਂ ਚੋਰੀ ਹੁੰਦਾ ਕੀ ਸੀ ਕਿ ਜਿਹੜੇ ਮੈਨੂੰ ਇਨਾਮ ਵੀ ਮਿਲਦੇ ਸੀ ਉਹ ਵੀ ਮੈਂ ਆਪਣੀ ਮੰਮਾ ਨੂੰ ਦੇ ਦਿੰਦੀ ਸੀ ਅਤੇ ਮੰਮਾ ਮੇਰੇ ਰੱਖ ਲੈਂਦੇ ਸੀ, ਉਹ ਵੀ ਮੇਰੇ ਫਾਦਰ ਸਾਹਿਬ ਨੂੰ ਘੱਟ ਹੀ ਪਤਾ ਲੱਗਦਾ ਸੀ ਕਿ ਕੁੜੀ ਐਕਟਿੰਗ ਕਰਦੀ ਹੈ ਜਾਂ ਕੁੜੀ ਗਾਉਂਦੀ ਹੈ ਜਾਂ ਕਿਸ ਤਰ੍ਹਾਂ ਹੈ। ਅਤੇ ਉਸ ਤੋਂ ਬਾਅਦ ਫਿਰ ਸ਼ੋਰਟ ਮੂਵੀ ਕੀਤੀਆਂ, ਇੱਕ ਦੋ ਸ਼ੋਰਟ ਮੂਵੀ ਹੋਈਆਂ ਮੇਰੀਆਂ, ਟਰਨ ਆਫ ਲਾਈਫ, ਇੱਕ ਪਿਕਚਰ ਵਿੱਚ ਵੀ ਮੈਨੂੰ ਉਹਨਾਂ ਨੇ ਸਾਈਨ ਕੀਤਾ ਸੀ, ਮੀ ਐਂਡ ਮਿਸਟਰ ਕੈਨੇਡੀਅਨ। ਓਕੇ। ਹਾਂਜੀ, ਉਹਦੇ 'ਚ ਵੀ ਮੈਨੂੰ ਸਿੰਗਲ ਮਦਰ ਦਾ ਰੋਲ ਮਿਲਿਆ ਅਤੇ ਉਹ ਮੈਂ ਕੀਤਾ। ਮੇਰੇ ਹਸਬੈਂਡ ਬਹੁਤ ਖੁਸ਼ ਹੈ, ਉਹ ਕਹਿੰਦੇ ਕਿ ਮੇਰੀ ਵਾਈਫ ਨੂੰ ਇਸ ਏਜ ਦੇ ਵਿੱਚ ਵੀ, ਮਤਲਬ ਅਗਰ ਰੋਲ ਮਿਲ ਰਿਹਾ ਤੇ ਉਹ ਬੜੇ ਖੁਸ਼ ਹੈ। ਮੈਮ, ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗੀ ਆਪਣੇ ਦਰਸ਼ਕਾਂ ਨੂੰ ਵੀ ਕਿ ਏਜ ਇਜ਼ ਜਸਟ ਅ ਨੰਬਰ,
ਸ਼ੌਂਕ ਦੀ ਕੋਈ ਉਮਰ ਨਹੀਂ ਹੁੰਦੀ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਬਿਲਕੁਲ ਐਗਜ਼ੈਕਟਲੀ ਬਿਲਕੁਲ। ਤੇ ਕੀ ਤੁਸੀਂ ਆਪਣੀ ਪਰਸਨਲ ਲਾਈਫ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਦੱਸਣਾ ਚਾਹੋਗੇ? ਪਰਸਨਲ ਲਾਈਫ ਬਾਰੇ ਮੈਂ ਕੁਝ ਖਾਸ ਤੇ ਨਹੀਂ ਦੱਸ ਸਕਦੀ, ਬਸ ਇਹੀ ਹੈ ਕਿ ਅਗਰ ਸ਼ੌਂਕ ਹੈ, ਵਾਕਈ ਤੁਹਾਡੀ ਵਾਲੀ ਗੱਲ ਬਿਲਕੁਲ ਸਹੀ ਹੈਗੀ ਹੈ, ਅਗਰ ਸ਼ੌਂਕ ਹੈ ਤਾਂ ਉਹਨੂੰ ਪੂਰਾ ਕਰਨਾ ਚਾਹੀਦਾ। ਬਟ ਇਹ ਕਿ ਸ਼ੌਂਕ ਵੀ ਕਿਸਮਤ ਵਾਲੇ ਨਾਲ, ਮਤਲਬ ਕਿਸਮਤ ਵਾਲੇ ਦਾ ਹੀ ਹੁੰਦਾ, ਜਸਟ ਲਾਈਕ ਮੀ, ਕਿਉਂਕਿ ਮੇਰੇ ਹਸਬੈਂਡ ਨੇ ਮੈਨੂੰ ਸਪੋਰਟ ਕੀਤਾ ਅਤੇ ਮੈਂ ਅੱਜ ਇੱਥੇ ਪਹੁੰਚੀ। ਅਗਰ ਉਹ ਵੀ ਮੈਨੂੰ ਨਹੀਂ ਸਪੋਰਟ ਕਰਦੇ ਤਾਂ ਮੈਂ ਨਹੀਂ ਪਹੁੰਚ ਸਕਦੀ ਸੀ। ਅਤੇ ਕਦੇ ਦਿਲ ਦੇ ਵਿੱਚ ਆਇਆ ਨਹੀਂ ਕਿ ਮੈਂ ਹੋਰ ਵੀ ਬਹੁਤ ਕੁਛ ਕਰਨਾ ਚਾਹੁੰਦੀ ਸੀ ਲਾਈਫ ਦੇ ਵਿੱਚ ਅਤੇ ਪਹਿਲਾਂ ਸਟਾਰਟ ਕਰ ਦਿੰਦੀ ਅਤੇ ਸ਼ਾਇਦ ਮੈਂ ਹੋਰ ਵੀ ਬਹੁਤ ਕੁਛ ਕਰ ਲੈਂਦੀ? ਬਿਲਕੁਲ ਬਿਲਕੁਲ ਆਇਆ, ਕਿਉਂਕਿ ਉਸ ਟਾਈਮ ਬੜਾ ਮਨ ਜਾਂਦਾ, ਹੁਣ ਆਉਂਦਾ ਬਲਕਿ, ਕਿ ਅਗਰ ਮੈਂ ਪਹਿਲੇ ਕਰਦੀ ਤਾਂ ਹੋਰ ਵੀ ਜ਼ਿਆਦਾ ਅੱਛਾ ਹੁੰਦਾ। ਪਰ ਮੈਨੂੰ ਫਿਰ ਵੀ ਇੱਕ ਬੜੀ ਮਨ ਨੂੰ ਸ਼ਾਂਤੀ ਹੈ ਕਿ ਜਦੋਂ ਜੋ ਹੁੰਦਾ ਉਦੋਂ ਹੀ ਹੁੰਦਾ। ਆਪਣੀ ਜਿਹੜੀ ਪੇਰੈਂਟਸ ਦੀ ਲਾਈਫ ਸੀ ਉਸ ਟਾਈਮ ਤੁਹਾਨੂੰ ਆਪਣੇ ਪੇਰੈਂਟਸ ਦੇ ਘਰ ਦੇ ਵਿੱਚ ਤੁਹਾਨੂੰ ਸਪੋਰਟ ਨਹੀਂ ਮਿਲਿਆ? ਹਾਂਜੀ। ਤੇ ਪਰ ਹੁਣ ਜਦੋਂ ਤੁਸੀਂ ਮੈਰਿਡ ਹੋ, ਤੁਹਾਡੇ ਬੱਚੇ ਵੀ ਆ, ਤੇ ਉਹਨਾਂ ਦਾ ਸਪੋਰਟ ਕਿੱਦਾਂ ਦਾ, ਉਹਨਾਂ ਦੇ ਕੀ ਰਿਐਕਸ਼ਨਸ ਹੁੰਦੇ ਜਦੋਂ ਤੁਸੀਂ ਦੱਸਦੇ ਆਪਣੇ ਪ੍ਰੋਜੈਕਟਸ ਬਾਰੇ? ਨਹੀਂ, ਉਹ ਬੜੇ ਖੁਸ਼ ਹੁੰਦੇ ਆ ਕਿ ਮੰਮੀ ਅੱਛਾ ਗਾਉਂਦੇ ਆ, ਮੰਮੀ ਅੱਛੀ ਐਕਟਿੰਗ ਕਰਦੇ ਆ, ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਖੁਸ਼ ਹੁੰਦੇ ਆ ਜਿਸਦੇ ਮੈਂ ਸ਼ੂਟਿੰਗ ਤੋਂ ਘਰ ਜਾਂਦੀ ਹਾਂ ਅਤੇ ਬੜੇ ਖੁਸ਼ ਹੁੰਦੇ ਆ। ਅਤੇ ਬੱਚਿਆਂ 'ਚ ਵੀ ਇਹੋ ਜਿਹਾ ਕੋਈ ਸ਼ੌਂਕ ਤੁਸੀਂ? ਹਾਂ, ਮੈਂ ਮਮਿਕਰੀ ਵੀ ਕਰਦੀ ਸੀ ਅਤੇ ਮੇਰੀ ਛੋਟੀ ਬੇਟੀ ਹੈ, ਉਹਨੂੰ ਉਹਦੇ 'ਚ ਮਤਲਬ ਹੈਗਾ ਗੁਣ, ਬਹੁਤ ਅੱਛੀ ਕਰਦੀ ਹੈ ਉਹ। ਬੇਟਾ ਹੈ ਮੇਰਾ, ਉਹ ਵਿਸਲ ਦੇ ਵਿੱਚ ਸਾਰੇ ਸੌਂਗ ਗਾ ਲੈਂਦਾ, ਜਿਸ ਤਰ੍ਹਾਂ ਵਿਸਲ ਵਜਾਈ ਦੇ ਉਸ ਤਰ੍ਹਾਂ ਕਰਕੇ। ਬਹੁਤ ਸੋਹਣੀ ਗੱਲ ਹੈ। ਕੰਚਨ ਜੀ, ਜਿੱਦਾਂ ਤੁਸੀਂ ਦੱਸਿਆ ਕਿ ਪੇਰੈਂਟਸ ਦਾ ਸਪੋਰਟ ਨਹੀਂ ਰਿਹਾ, ਪਰ ਹੁਣ ਜਿਹੜੀ ਤੁਹਾਡੀ ਫੈਮਿਲੀ ਹੈ, ਤੁਹਾਡੇ ਬੱਚੇ ਹੈ, ਉਹਨਾਂ ਦਾ ਕਿੱਦਾਂ ਦਾ ਰਿਐਕਸ਼ਨ ਹੁੰਦਾ ਜਦੋਂ ਤੁਸੀਂ ਦੱਸਦੇ ਹੋ ਆਪਣੇ ਪ੍ਰੋਜੈਕਟਸ ਬਾਰੇ? ਬਹੁਤ ਅੱਛਾ, ਹੁਣ ਤਾਂ ਬਹੁਤ ਅੱਛਾ ਹੁੰਦਾ ਉਹਨਾਂ ਦਾ, ਅਤੇ ਫਾਦਰ ਸਾਹਿਬ ਵੀ ਬੜਾ ਖੁਸ਼ ਹੁੰਦੇ ਆ ਕਿ ਮੈਂ ਤਾਂ ਆਪਣੀ ਮਤਲਬ ਬੱਚੀ ਨੂੰ ਮੌਕਾ ਨਹੀਂ ਸੀ ਦਿੱਤਾ, ਅਤੇ ਪਰ ਉਹਦੇ ਹਸਬੈਂਡ ਨੇ ਉਹਨੂੰ ਮਤਲਬ ਕਿ ਅੱਗੇ ਲਿਆਂਦਾ, ਅਤੇ ਅੱਛਾ ਲੱਗਦਾ ਮੈਨੂੰ। ਮਤਲਬ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਵਿੱਚ ਵੀ ਇਹ ਗੱਲ ਹੈ ਕਿ ਮੇਰੀ ਵਜ੍ਹਾ ਨਾਲ ਮੇਰੀ ਬੱਚੀ ਦੇ ਲਈ ਥੋੜਾ ਜਿਹਾ ਦੇਰ ਹੋ ਗਈ। ਹਾਂ ਬਿਲਕੁਲ ਬਿਲਕੁਲ, ਇਹ ਤਾਂ ਸ਼ੌਂਕ ਦੱਬ ਗਿਆ ਤਾਂ ਅਸੀਂ ਨਹੀਂ ਕਹਿ ਸਕਦੇ, ਕਿਉਂਕਿ ਤੁਸੀਂ ਆਪਣੇ ਸ਼ੌਂਕ ਨੂੰ ਹੁਣ ਰੱਬ ਦੀ ਦਇਆ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਪੂਰਾ ਕਰ ਰਹੇ ਹੋ। ਹਾਂ ਬਿਲਕੁਲ ਬਿਲਕੁਲ, ਉਹਨਾਂ ਨੂੰ ਵੀ ਹੁੰਦਾ ਆ, ਪਰ ਇਹ ਹੈ ਕਿ ਉਸ ਟਾਈਮ ਹੀ ਐਸਾ ਸੀਗਾ, ਉਹ ਨਹੀਂ ਕਰ ਸਕਦੇ ਸੀਗੇ। ਮਤਲਬ ਸਾਰਿਆਂ ਵਾਸਤੇ ਸੋਚਣਾ ਪੈਂਦਾ ਹੈ ਕਿ ਕੋਈ ਕਹੇਗਾ ਕਿ ਆਪਣੀ ਲੜਕੀ ਨੂੰ ਟਾਈਮ ਦੇ ਵੀ ਕਹਿ ਰਿਹਾ ਕਿ ਗਾਓ ਜਾਂ ਕਿਸ ਤਰ੍ਹਾਂ, ਮੈਂ ਸਮਝ ਸਕਦੀ ਹਾਂ ਉਹਨਾਂ ਦੀ ਪੋਜੀਸ਼ਨ ਵੀ ਇਸ ਟਾਈਮ ਸੋਸਾਇਟੀ ਤੇ। ਹਾਂਜੀ, ਸਮਾਜ 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 ਨੂੰ ਮਤਲਬ ਕਿ ਜਿੱਤਣਾ ਬੜਾ ਔਖਾ ਹੈ, ਕਿਸੇ ਨੇ ਨਹੀਂ ਜਿੱਤਿਆ। ਹਾਂਜੀ ਬਿਲਕੁਲ ਨਹੀਂ, ਔਰ ਇਹ ਸਮਾਜ ਐਸਾ ਹੈ ਕਿ ਇਹਦੀ ਜ਼ਰੂਰਤ ਵੀ ਹੈ, ਚਾਹੇ ਇਹ ਮਾੜਾ ਹੋਵੇ ਚਾਹੇ ਚੰਗਾ ਹੋਵੇ, ਇਹ ਚਾਹੀਦਾ ਹੀ ਚਾਹੀਦਾ, ਤੇ ਇਸ ਕਰਕੇ ਜਿਹਨੇ ਮਨ ਜਿੱਤ ਲਿਆ ਉਹਨੇ ਸਭ ਕੁਝ ਜਿੱਤ ਲਿਆ। ਹਾਂਜੀ ਬਿਲਕੁਲ ਜੀ ਬਿਲਕੁਲ, ਮਨ ਜਿੱਤੇ ਜਗ ਜਿੱਤੇ। ਤੁਸੀਂ ਆਪਣਾ ਮਨ ਜਿੱਤ ਰਹੇ ਹੋ ਤਾਂ ਤੁਸੀਂ ਸਮਾਜ ਨੂੰ ਵੀ ਜਿੱਤ ਲੈਣਾ। ਇਹ ਤਾਂ ਮੈਨੂੰ ਪਤਾ ਨਹੀਂ, ਕਿਉਂਕਿ ਸਮਾਜ ਦੇ ਵਿੱਚ ਬੜੀ ਤਰ੍ਹਾਂ ਦੇ ਲੋਕ ਹੁੰਦੇ ਆ, ਕੋਈ ਵੀ ਅੱਛਾ ਨਹੀਂ ਕਹਿੰਦਾ, ਕੋਈ ਚੰਗਾ ਵੀ ਕਹਿੰਦਾ ਤੇ ਕੋਈ ਬੁਰਾ ਵੀ ਕਹਿੰਦਾ, ਕਿਉਂਕਿ ਇਹ ਸਾਡੀ ਇੱਕ ਲਾਈਫ ਦਾ ਬੜਾ ਵੱਡਾ ਐਕਸਪੀਰੀਅੰਸ ਹੈ। ਬਿਲਕੁਲ, ਸਾਨੂੰ ਇਹਦੇ ਵਿੱਚ ਪ੍ਰੈਕਟੀਕਲ ਹੋਣਾ ਪੈਂਦਾ, ਯੂ ਨੋ ਹੋਣਾ ਪੈਂਦਾ, ਕਿਉਂਕਿ ਕਈ ਸਾਨੂੰ ਅੱਛਾ ਸਮਝਦੇ ਆ, ਕਈ ਨਹੀਂ ਚੰਗਾ ਸਮਝਦੇ। ਬਿਲਕੁਲ, ਬਟ ਇਹ ਹੈ ਕਿ ਮੈਨੂੰ ਇੰਨਾ ਪਤਾ ਕਿ ਮੇਰੇ ਮਦਰ ਫਾਦਰ ਮੈਨੂੰ ਬਹੁਤ ਅੱਛਾ ਹੁਣ ਖੁਸ਼ ਹੁੰਦੇ ਆ ਕਿ ਮੇਰੀ ਬੇਟੀ ਨੇ ਆਪਣੀਆਂ ਡਿਊਟੀਆਂ ਨਿਭਾ ਕੇ ਇਹ ਕੰਮ ਕੀਤਾ ਤੇ ਬਹੁਤ ਅੱਛਾ ਕੀਤਾ। ਹੁਣ ਫਾਦਰ ਸਾਹਿਬ ਨੂੰ ਵੀ ਪ੍ਰਾਊਡ ਫੀਲ ਹੁੰਦਾ ਹੈ ਤੁਹਾਡੇ? ਬਿਲਕੁਲ ਹੁੰਦਾ ਹੈ, ਬਿਲਕੁਲ ਹੁੰਦਾ, ਬੜੇ ਖੁਸ਼ ਹੁੰਦੇ ਆ। ਉਹ ਖੁਦ ਵੀ ਗਾਉਂਦੇ ਸੀਗੇ ਜਦੋਂ, ਤੇ ਪਰ ਉਹ ਕਹਿੰਦੇ ਸੀ ਕਿ ਮੈਂ 뮤직 ਦੇ ਨਾਲ ਨਹੀਂ ਗਾ ਸਕਦਾ ਸੀ, ਤੇ ਮੈਨੂੰ ਕਹਿੰਦੇ ਆ ਕਈ ਵਾਰੀ ਕਿ ਬੱਬੂ ਮੀਨਸ ਮੇਰਾ ਨਿਕਨੇਮ ਹੈ। ਅੱਛਾ ਜੀ। ਬੇਸਿਕਲੀ ਮੈਂ ਬਟਾਲੇ ਦੀ ਹਾਂ। ਅੱਛਾ ਜੀ। ਤੇ ਬਟਾਲੇ ਜਿਹੜੇ ਸ਼ਿਵਮਨ ਬਟਾਲਵੀ ਸੀ ਉਹ ਮੇਰੇ ਫਾਦਰ ਸਾਹਿਬ ਦੇ ਕਲਾਸਮੇਟ ਸੀਗੇ, ਤੇ ਉਹ ਹੁਣ ਕਹਿੰਦੇ ਨੇ ਮੈਨੂੰ ਕਈ ਵਾਰੀ ਕਿ ਬੇਟਾ ਮੈਂ ਨਹੀਂ 뮤직 ਦੇ ਨਾਲ ਗਾ ਸਕਿਆ, ਗਾਉਂਦੇ ਜ਼ਰੂਰ ਸੀ ਉਹ ਪਰ ਉਸ ਤਰ੍ਹਾਂ ਹੀ ਗਾਉਂਦੇ ਸੀ, ਤੇ ਤੂੰ ਕਿਸ ਤਰ੍ਹਾਂ ਗਾਉਂਦੀ ਹੈ 뮤직 ਦੇ ਨਾਲ, ਅੱਛਾ ਗਾਉਂਦੀ ਹੈ, ਮੈਨੂੰ ਬੜੇ ਖੁਸ਼ੀ ਹੁੰਦੀ ਹੈ। ਤੇ ਤੁਸੀਂ ਆਪਣਾ ਆਈਡਲ ਕਿਹਨੂੰ ਮੰਨਦੇ ਹੋ 뮤직 ਦੇ ਵਿੱਚ? ਆਈਡਲ ਮੇਰੇ ਸ਼ਿਵਕੁਮਾਰ ਬਟਾਲਵੀ ਜੀ ਹੈ। ਅੱਛਾ ਜੀ। ਹਾਂਜੀ, ਕਿਉਂਕਿ ਮੈਂ ਕਿਤੇ ਵੀ ਕੋਈ ਪ੍ਰੋਗਰਾਮ ਕਰਨੀ ਹਾਂ, ਜਾਂਦੀ ਹਾਂ, ਅਤੇ ਮੇਰਾ ਕਿੰਨਾ ਵੀ ਗਲਾ ਖਰਾਬ ਹੋਵੇ, ਕਿੰਨਾ ਵੀ ਮੇਰੀ ਤਬੀਅਤ ਖਰਾਬ ਹੋਵੇ, ਮੇਰੇ ਕੋਲ ਨਾ ਗਾਇਆ ਜਾਏ, ਅਤੇ ਮੈਂ 10 ਮਿੰਟ ਵਾਸਤੇ ਉਹਨਾਂ ਨੂੰ ਯਾਦ ਕਰਨੀ ਹਾਂ ਅੱਖਾਂ ਬੰਦ ਕਰਕੇ, ਅਤੇ ਮੈਂ ਬਹੁਤ ਹੀ ਅੱਛਾ ਪਰਫਾਰਮੈਂਸ ਕਰ ਦਿੰਦੀ ਹਾਂ। ਬਹੁਤ ਸੋਹਣੀ ਗੱਲ ਹੈ। ਅਤੇ ਜੇ ਬਟਾਲਵੀ ਜੀ ਦੀ ਗੱਲ ਚੱਲੀ ਹੈ, ਅਤੇ ਕੁਝ ਦੋ ਬੋਲ ਜੇ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ? ਹਾਂਜੀ ਬਿਲਕੁਲ ਬਿਲਕੁਲ ਜੀ ਬਿਲਕੁਲ, ਮੈਂ ਉਹਨਾਂ ਦੀ ਇੱਕ ਗਜ਼ਲ ਹੈ, ਬੜੀ ਫੇਮਸ ਗਜ਼ਲ ਹੈ, ਅਤੇ ਮੈਂ ਉਹ ਦੋ ਬੋਲ ਉਹਨਾਂ ਦੇ ਬੋਲਣਾ ਚਾਹਾਂਗੀ। ਜਦ ਕਦੇ ਵੀ ਤੁਸੀਂ ਆਉਂ ਯਾਦ ਆ
ਜਦ ਕਦੀ ਵੀ ਤੁਸੀਂ ਉਹ ਯਾਦ ਆਏ ਦਿਨ ਦਿਹਾੜੇ ਸ਼ਰਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਬਹੁਤ ਖੂਬ ਬਹੁਤ ਖੂਬ ਕੰਚਨ ਜੀ ਜਿੱਦਾਂ ਤੁਸੀਂ ਆਪਣੇ ਫਾਦਰ ਨੂੰ ਦੇਖਦੇ ਸੀ ਅਤੇ ਤੁਸੀਂ ਸੋਚਦੇ ਸੀ ਕਿ ਮੈਂ ਵੀ ਮਿਊਜ਼ਿਕ ਦੇ ਵਿੱਚ ਜਾਣਾ ਚਾਹੁੰਦੀ ਹਾਂ ਕਿ ਤੁਹਾਡੇ ਬੱਚੇ ਵੀ ਤੁਹਾਨੂੰ ਦੇਖ ਕੇ ਇੱਦਾਂ ਹੀ ਸੋਚਦੇ ਆ ਕਿ ਬਈ ਅਸੀਂ ਵੀ ਮਿਊਜ਼ਿਕ ਦੇ ਵਿੱਚ ਜਾਣਾ ਐਕਚੁਅਲੀ ਨਹੀਂ ਬੱਚਿਆਂ 'ਚ ਉਹ ਗੁਣ ਤਾਂ ਨਹੀਂ ਆਇਆ ਹਾਂ ਮੈਂ ਥੋੜ੍ਹੀ ਜਿਸ ਤਰ੍ਹਾਂ ਮੈਂ ਮਿਕਰੀ ਕਰਦੀ ਸੀ ਅਤੇ ਮੇਰੀ ਛੋਟੀ ਬੇਟੀ ਹੈ ਸ਼ੀਤਲ ਅਗਨੀਹੋਤਰੀ ਅੱਛਾ ਉਹ ਮੈਂ ਮਿਕਰੀ ਕਰਦੀ ਹੈ ਮੇਰੇ ਨਾਲੋਂ ਵੀ ਬੈਸਟ ਬਹੁਤ ਅੱਛੀ ਕਰਦੀ ਹੈ ਅਤੇ ਬੇਟਾ ਮੇਰਾ ਉਹ ਵਿਸਲ ਦੇ ਨਾਲ ਸੌਂਗ ਗਾ ਦਿੰਦਾ ਵੈਸੇ ਨਹੀਂ ਇੱਕ ਲਾਈਨ ਵੀ ਗਾ ਸਕਦਾ ਉਹ ਪਰ ਜਿਸ ਤਰ੍ਹਾਂ ਲੜਕੇ ਸੀਟੀ ਮਾਰਦੇ ਆ ਅਤੇ ਉਹ ਆਪਣੀ ਸੀਟੀ ਦੇ ਨਾਲ ਕਰ ਦਿੰਦਾ ਅਤੇ ਵੱਡੀ ਬੇਟੀ ਜਿਹੜੀ ਹੈ ਉਹ ਮੇਰੀ ਮਤਲਬ ਠੀਕ ਹੈ ਸਿੰਪਲ ਹੈ ਬੜੀ ਸੋਬਰ ਜਿਹੀ ਹੈ ਭੋਲਾ ਬੱਚਾ ਵੱਡੇ ਭੋਲੇ ਹੁੰਦੇ ਵੈਸੇ ਭੋਲਾ ਬੱਚਾ ਹੈ ਉਹ ਸਹੀ ਗੱਲ ਹੈ ਭੋਲਾ ਬੱਚਾ ਹੀ ਹੈ ਅਤੇ ਜੇ ਆਪਾਂ ਗੱਲ ਕਰੀਏ ਸਟਰਗਲ ਦੀ ਤਾਂ ਹਰ ਇੱਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਕੁਝ ਮਿੱਠੀਆਂ ਯਾਦਾਂ ਹੁੰਦੀਆਂ ਕੁਝ ਕੜਵੀਆਂ ਯਾਦਾਂ ਹੁੰਦੀਆਂ ਅਤੇ ਅਸੀਂ ਚਾਹਾਂਗੇ ਸਾਡੇ ਪ੍ਰੋਗਰਾਮ ਮਿੱਠੀਆਂ ਗੱਲਾਂ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਕੁਝ ਇੱਦਾਂ ਦੀ ਮਿੱਠੀ ਯਾਦ ਸਾਂਝੀ ਕਰੋ ਹਾਂ ਮੈਂ ਮਿੱਠੀ ਯਾਦ ਸਾਂਝੀ ਤੁਹਾਡੇ ਨਾਲ ਕਰਾਂਗੀ ਜਿਸ ਵੇਲੇ ਮੈਨੂੰ ਸ਼ੋਰਟ ਮੂਵੀ ਮਿਲੀ ਟਰਨ ਆਫ ਲਾਈਫ ਅਤੇ ਮੈਂ ਸ਼ੂਟ ਕਰ ਰਹੀ ਸੀ ਪਠਾਨ ਚੱਕ 'ਚ ਪਠਾਨਕੋਟ ਦੇ ਲਾਗੇ ਹੀ ਪਠਾਨ ਚੱਕ ਪਿੰਡ ਹੈ ਅਤੇ ਉਸ ਟਾਈਮ ਮੇਰੇ ਬ੍ਰਦਰ ਦਾ ਫੋਨ ਆਇਆ ਮੈਂ ਫੋਨ ਕੀਤਾ ਕਿ ਮੈਂ ਸ਼ੂਟਿੰਗ ਕਰ ਰਹੀ ਹਾਂ ਪਹਿਲਾਂ ਮੈਂ ਆਪਣੀ ਸਿਸਟਰ ਨੂੰ ਵੀ ਕੀਤਾ ਮੇਰੇ ਜੀਜਾ ਜੀ ਹੈ SHO ਉਹ ਆਏ ਵੀ ਮੈਨੂੰ ਦੇਖਣ ਵਾਸਤੇ ਅਤੇ ਬੜੇ ਖੁਸ਼ ਹੋਏ ਅਤੇ ਉਸ ਵੇਲੇ ਮੈਂ ਆਪਣੇ ਬ੍ਰਦਰ ਨੂੰ ਫੋਨ ਕੀਤਾ ਅਤੇ ਮੇਰੇ ਮੰਮੀ ਬਿਮਾਰ ਰਹਿੰਦੇ ਹੈ ਬਹੁਤ ਜ਼ਿਆਦਾ ਇਸ ਟਾਈਮ ਵੀ ਉਹ ਥੋੜ੍ਹਾ ਡਿਪਰੈਸ਼ਨ 'ਚ ਨੇ ਅਤੇ ਮੇਰੇ ਬ੍ਰਦਰ ਨੇ ਮੇਰੇ ਮੰਮੀ ਨੂੰ ਕਿਹਾ ਕਿ ਮੰਮੀ ਦੀਦੀ ਸ਼ੂਟਿੰਗ ਕਰ ਰਹੀ ਹੈ ਅਤੇ ਮੇਰੇ ਮੰਮੀ ਉੱਠ ਕੇ ਇੱਕਦਮ ਬੈਠ ਗਏ ਅਤੇ ਹੈ ਮੇਰੀ ਕੁੜੀ ਐਕਟਰ ਬਣ ਗਈ ਜਿਸ ਤਰ੍ਹਾਂ ਪੁਰਾਣੇ ਲੋਕ ਕਹਿੰਦੇ ਖੁਸ਼ ਹੁੰਦੇ ਆ ਮੇਰੀ ਕੁੜੀ ਐਕਟਰ ਬਣ ਗਈ ਹੈ ਹੈ ਉਹ ਉੱਠ ਕੇ ਖੜ੍ਹੇ ਹੋ ਗਏ ਅਤੇ ਮੇਰੇ ਬ੍ਰਦਰ ਨੇ ਮੈਨੂੰ ਇਹ ਗੱਲ ਕਹੀ ਕਿ ਦੀਦੀ ਤੂੰ ਸਾਡੀ ਮੰਮੀ ਮਾਂ ਵਾਸਤੇ ਦਵਾਈ ਬਣ ਗਈ ਹੈ ਅਤੇ ਉਹ ਮੂਮੈਂਟ ਮੇਰੇ ਵਾਸਤੇ ਬਹੁਤ ਹੀ ਮਿੱਠਾ ਜਿਹਾ ਬਹੁਤ ਮਿੱਠਾ ਕਿਉਂ ਕਿ ਮਾਂ ਤੋਂ ਵੱਡਾ ਕੋਈ ਵੀ ਗੁਰੂ ਨਹੀਂ ਹੈ ਬਿਲਕੁਲ ਮਾਂ ਨਹੀਂ ਲੱਭਦੀ ਰਿਸ਼ਤਾ ਐਸਾ ਹੈ ਬਹੁਤ ਪਾਕ ਜਿਹਾ ਰਿਸ਼ਤਾ ਹੈ ਅਤੇ ਮਾਂ ਨਹੀਂ ਲੱਭਦੀ ਅਤੇ ਉਹ ਮੈਨੂੰ ਬਹੁਤ ਯਾਦ ਆਉਂਦੀ ਹੈ ਗੱਲ ਕਿ ਮੇਰੇ ਮੰਮੀ ਠੀਕ ਹੋ ਗਏ ਸੀ ਉੱਠ ਕੇ ਬੈਠ ਗਏ ਇੱਕਦਮ ਨਾ ਦਵਾਈ ਖਾਂਦੇ ਪਏ ਸੀ ਨਾ ਕੁਛ ਅਤੇ ਬੜੇ ਖੁਸ਼ ਹੋ ਰਹੇ ਸੀ ਬਹੁਤ ਸੋਹਣੀ ਗੱਲ ਹੋਈ ਹੈ ਤਾਂ ਅਤੇ ਕੋਈ ਇੱਦਾਂ ਦੀ ਕੜਵੀ ਯਾਦ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੜਵੀ ਯਾਦ ਇਹ ਹੈ ਕਿ ਮੇਰਾ ਮਤਲਬ ਪਹਿਲੀ ਐਲਬਮ ਸੀ ਜਿਹੜੀ ਉਹ ਵੀ ਮੇਰੇ ਹਸਬੈਂਡ ਦੇ ਲਿਖਿਆ ਹੋਇਆ ਸੌਂਗ ਸੀਗਾ ਤੇਰਾ ਚੁੰਨੀ ਦੇ ਪੱਲੇ ਦੇ ਓਲੇ ਹੱਸਣਾ ਅਤੇ ਉਹ ਮੈਂ ਨਿਊ ਈਅਰ ਦੇ ਵਿੱਚ DD1 ਤੇ ਮੇਰਾ ਪ੍ਰੋਗਰਾਮ ਆਉਣਾ ਸੀ ਅਤੇ ਮੈਂ ਆਈ ਹੋਈ ਸੀ ਇੱਥੇ ਸ਼ੂਟ ਕਰਕੇ ਗਈ ਹਾਂ ਅਤੇ DD1 ਤੇ ਪ੍ਰੋਗਰਾਮ ਆਇਆ ਹੈ ਫਸਟ ਨੂੰ ਮਤਲਬ ਫਸਟ ਦਿਸ ਸੋਰੀ ਜਨਵਰੀ 2018 ਅਤੇ ਬਟ ਇਹ ਹੋਇਆ ਕਿ 5 ਜਨਵਰੀ ਨੂੰ ਮੇਰੇ ਹਸਬੈਂਡ ਨੂੰ ਮੇਜਰ ਅਟੈਕ ਆ ਗਿਆ ਅਤੇ ਉਹ ਕਾਫੀ ਸੀਰੀਅਸ ਹੋ ਗਏ ਕਾਫੀ ਸੀਰੀਅਸ ਹੋ ਗਏ ਉਹ ਮੇਰੇ ਵਾਸਤੇ ਇੰਨੀ ਕੁ ਲਾਈਫ ਦੇ ਵਿੱਚ ਕੌੜੀ ਯਾਦ ਆ ਕਿ ਮੈਂ ਉਹਨੂੰ ਕਈ ਵਾਰੀ ਯਾਦ ਕਰਕੇ ਵੀ ਨਾ ਕੰਬ ਜਾਂਦੀ ਹਾਂ ਕਿ ਮੇਰੇ ਨਾਲ ਕੀ ਹੋਇਆ ਸੀ ਅਤੇ ਜਿਹੜਾ ਮੈਂ ਉਹਨਾਂ ਨੇ ਜਿਹੜਾ ਭਜਨ ਮੈਨੂੰ ਪਹਿਲਾਂ ਲਿਖ ਕੇ ਦਿੱਤਾ ਸੀ ਉਹਦੇ ਲਾਸਟ ਵਾਲੇ ਜਿਹੜੇ ਬੋਲ ਸੀ ਉਹ ਉਹਨਾਂ 'ਤੇ ਹੀ ਟੁੱਕਦੇ ਸੀ ਬਿਲਕੁਲ ਬਿਲਕੁਲ ਉਹਨਾਂ 'ਤੇ ਟੁੱਕਦੇ ਸੀ ਕਿ ਤੇਰੇ ਭਾਣੇ ਮਿੱਠੇ ਲੱਗਣ ਮਰਨ ਜੀਣ 'ਤੇ ਤੂੰ ਹੀ ਜਾਣੇ ਅਤੇ ਉਹ ਕਈ ਵਾਰੀ ਹੁਣ ਕਹਿੰਦੇ ਹੁਣ ਉਹ ਠੀਕ ਨੇ ਪਰਮਾਤਮਾ ਦੀ ਦਿਆ ਨਾਲ ਠੀਕ ਨੇ ਬਿਲਕੁਲ ਸਹੀ ਨੇ ਅੱਜ ਵੀ ਉਹ ਮੇਰੇ ਨਾਲ ਹੀ ਆਏ ਹੋਏ ਨੇ ਅਤੇ ਉਹ ਕਹਿੰਦੇ ਸੀ ਕਿ ਮੈਂ ਆਪਣੇ ਵਾਸਤੇ ਹੀ ਲਿਖ ਗਿਆ ਸੀ ਇਹ ਅਤੇ ਕਾਫੀ ਉਹਨਾਂ ਨੇ ਮਤਲਬ ਕਿ ਪਰ ਮੇਰੇ ਬੱਚਿਆਂ ਨੇ ਬਹੁਤ ਸਾਥ ਦਿੱਤਾ ਮੇਰੇ ਬੱਚਿਆਂ ਦੇ ਕਰਮਾਂ ਦੇ ਨਾਲ ਹੀ ਉਹ ਬਚ ਗਏ ਨੇ ਅਤੇ ਇਹ ਮੇਰੇ ਵਾਸਤੇ ਬੜੀ ਇੱਕ ਕੌੜੀ ਜਿਹੀ ਯਾਦ ਵੀ ਹੈ ਅਤੇ ਬਹੁਤ ਜ਼ਿਆਦਾ ਮੈਂ ਉਹਨੂੰ ਯਾਦ ਕਰਕੇ ਮੇਰਾ ਮਨ ਬੜਾ ਪਰੇਸ਼ਾਨ ਹੋ ਜਾਂਦਾ ਕਿ ਟੀਸ ਜਿਹੀ ਉੱਠਦੀ ਹੈ ਕਿ ਮੇਰੇ ਨਾਲ ਕੀ ਹੋਇਆ ਸੀ ਬਟ ਆਈ ਐਮ ਸੋ ਲੱਕੀ ਮੈਂ ਬਹੁਤ ਲੱਕੀ ਹਾਂ ਕਿ ਮੇਰੇ ਹਸਬੈਂਡ ਠੀਕ ਨੇ ਕਿਉਂਕਿ ਉਹਨਾਂ ਨੇ ਹੀ ਮੈਨੂੰ ਮਤਲਬ ਕਿ ਇਨਕਰੇਜ ਕੀਤਾ ਔਰ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਾਥ ਦਿੱਤਾ
ਸ਼ਾਇਦ ਹੀ ਮੇਰੇ ਹਿਸਾਬ ਨਾਲ ਕੋਈ ਹਸਬੈਂਡ ਸਾਥ ਦਿੰਦਾ ਹੋਏਗਾ ਇਹਨਾਂ, ਉਹ ਵੀ ਮੈਰਿਜ ਤੋਂ ਬਾਅਦ, ਉਹ ਵੀ ਬੱਚਿਆਂ ਤੋਂ ਬਾਅਦ। ਅਤੇ ਉਹਨਾਂ ਨੇ ਮਤਲਬ ਉਹਨਾਂ ਦੇ ਕਹੇ 'ਤੇ ਤੁਸੀਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੈਰ ਰੱਖਿਆ? ਹਾਂਜੀ ਬਿਲਕੁਲ, ਉਹਨਾਂ ਦੇ ਕਹਿਣ 'ਤੇ, ਕਿਉਂਕਿ ਆਵਾਜ਼ਾਂ ਕਈ ਉੱਠੀਆਂ ਸੀ, ਕਈਆਂ ਨੇ ਕਿਹਾ ਸੀ ਕਿ ਹੁਣ ਕੀ ਕਰਨਾ, ਇਸ ਟਾਈਮ ਕੀ ਕਰਨਾ, ਕੁੜੀਆਂ ਵਿਆਹ ਦਿੱਤੀਆਂ ਨੇ। ਅਤੇ ਮਤਲਬ ਫਿਰ ਮੇਰੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਆਪਣੀ ਕੁੜੀ 'ਤੇ ਮਾਣ ਹੈ, ਕਿਉਂਕਿ ਉਹਨੇ ਆਪਣੀ ਡਿਊਟੀਆਂ ਨਿਭਾ ਕੇ ਇਹ ਕੰਮ ਕੀਤਾ ਅਤੇ ਕੁਛ ਗਲਤ ਨਹੀਂ ਕੀਤਾ। ਸਭ ਤੋਂ ਪਹਿਲਾਂ ਉਹਨੇ ਭਜਨ ਹੀ ਗਾਏ ਹੈ। ਅਗਰ ਅੱਜ ਉਹ ਕੋਈ ਗਜ਼ਲ ਵੀ ਗਾਉਂਦੀ ਹੈ ਜਾਂ ਕੋਈ ਸੌਂਗ ਵੀ ਗਾਉਂਦੀ ਹੈ ਤਾਂ ਦਿਸ ਇਜ਼ ਟੂ ਮੱਚ। ਸਭ ਤੋਂ ਪਹਿਲਾਂ ਤੁਸੀਂ ਭਜਨ ਗਾਏ? ਹਾਂਜੀ। ਅਤੇ ਉਹਨਾਂ ਭਜਨਾਂ ਦੇ ਦੋ ਬੋਲ ਸਾਡੇ ਦਰਸ਼ਕਾਂ ਨਾਲ ਹੋ ਜਾਣ। ਓਕੇ, ਥੈਂਕ ਯੂ। ਕਿਉਂ ਨਾ ਸ਼ਰਨ ਗੁਰਾਂ ਦੀ ਮੈਂ ਆਵਾਂ, ਕਿਉਂ ਨਾ ਸ਼ਰਨ ਗੁਰਾਂ ਦੀ ਮੈਂ ਆਵਾਂ, ਕਿਉਂ ਨਾ ਸ਼ਰਨ ਗੁਰਾਂ ਦੀ ਮੈਂ ਆਵਾਂ। ਜਿਉਂ ਜਿਉਂ ਸਿਮਰਾਂ ਨਾਮ ਗੁਰਾਂ ਦਾ, ਤਿਉਂ ਤਿਉਂ ਹੀ ਸੁਖ ਪਾਵਾਂ, ਤਿਉਂ ਤਿਉਂ ਹੀ ਸੁਖ ਪਾਵਾਂ। ਕਿਉਂ ਨਾ ਸ਼ਰਨ ਗੁਰਾਂ ਦੀ ਮੈਂ ਆਵਾਂ, ਕਿਉਂ ਨਾ ਸ਼ਰਨ ਗੁਰਾਂ ਦੀ ਮੈਂ ਆਵਾਂ। ਬਹੁਤ ਮਿੱਠੀ ਆਵਾਜ਼ ਹੈ ਕੰਚਨ ਜੀ ਤੁਹਾਡੀ। ਬਸ ਉਹਦੀ ਦੇਣ ਹੈ ਜੀ, ਮੈਂ ਤਾਂ ਕੁਛ ਨਹੀਂ ਕਹਿ ਸਕਦੀ ਇਸ ਬਾਰੇ। ਕੰਚਨ ਜੀ ਤੁਹਾਡੀਆਂ ਬਹੁਤ ਸਾਰੀਆਂ ਭੇਟਾਂ ਨੇ ਅਤੇ ਇਸ ਦੇ ਨਾਲ ਨਾਲ ਤੁਹਾਡੇ ਸੌਂਗਸ ਵੀ ਨੇ, ਇਹਨਾਂ ਸਾਰੇ ਪ੍ਰੋਜੈਕਟਸ ਵਿੱਚੋਂ ਤੁਹਾਡੇ ਦਿਲ ਦੇ ਕਰੀਬ ਕਿਹੜਾ ਹੈ? ਭੇਟਾਂ ਤੋਂ ਇਲਾਵਾ ਮੇਰੇ ਦਿਲ ਦੇ ਕਰੀਬ ਮੇਰੇ ਹਸਬੈਂਡ ਨੇ ਹੀ ਲਿਖਿਆ ਅਤੇ ਉਹ ਮੈਨੂੰ ਬਹੁਤ ਅੱਛਾ ਲੱਗਦਾ ਹੈ। ਉਹ ਬਹੁਤ ਅੱਛਾ ਜਿਹਾ ਸੌਂਗ ਹੈ ਅਤੇ ਮਤਲਬ ਕਿ ਬੜੇ ਪਿਆਰ ਦੇ ਨਾਲ, ਜਿਹਦੇ ਵਿੱਚ ਬੜਾ ਪਿਆਰ ਝਲਕਦਾ ਹੈ, ਇੱਕ ਚੁੰਨੀ ਨੂੰ ਪ੍ਰੈਫਰੈਂਸ ਦਿੱਤੀ ਗਈ ਹੈ ਅਤੇ ਉਹ ਮੈਨੂੰ ਸੌਂਗ ਬੜਾ ਅੱਛਾ ਲੱਗਦਾ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਦੋ ਬੋਲ ਬੋਲ ਸਕਦੀ ਹਾਂ। ਨੀ ਤੇਰਾ ਚੁੰਨੀ ਦੇ ਪੱਲੇ ਦੇ ਓਲੇ ਹੱਸਣਾ ਤੇ ਹੱਸ ਹੱਸ ਤੱਕਣਾ, ਨੀ ਤੇਰਾ ਚੁੰਨੀ ਦੇ ਪੱਲੇ ਦੇ ਓਲੇ ਹੱਸਣਾ ਤੇ ਹੱਸ ਹੱਸ ਤੱਕਣਾ। ਮਿੱਤਰਾਂ ਨੂੰ ਮੋਹ ਕੇ ਲੈ ਗਿਆ, ਨੀ ਤੇਰਾ ਚੁੰਨੀ ਦੇ ਪੱਲੇ ਦੇ ਓਲੇ ਹੱਸਣਾ ਤੇ ਹੱਸ ਹੱਸ ਤੱਕਣਾ। ਬਹੁਤ ਖੂਬ, ਬਹੁਤ ਖੂਬ। ਕੰਚਨ ਜੀ, ਜੇ ਫਿਊਚਰ ਪਲਾਨਸ ਦੀ ਗੱਲ ਕਰੀਏ ਤਾਂ ਸਾਡੇ ਦਰਸ਼ਕਾਂ ਦੇ ਲਈ ਕੀ ਨਵਾਂ ਲੈ ਕੇ ਆ ਰਹੇ ਹੋ? ਮੈਂ ਉਹਨਾਂ ਵਾਸਤੇ ਨਵਾਂ ਭੇਟਾਂ 'ਤੇ ਲਿਆਵਾਂਗੀ ਲਿਆਵਾਂਗੀ ਔਰ ਸੌਂਗ ਵੀ ਚਾਹੁੰਦੀ ਹਾਂ ਅਤੇ ਗਜ਼ਲਸ ਹੋਣਗੀਆਂ ਅਤੇ ਮੂਵੀਜ਼ ਵੀ ਮੈਂ ਚਾਹੁੰਦੀ ਹਾਂ ਕਿ ਆਉਣ, ਕਿਉਂਕਿ ਮੇਰੀ ਇੱਕ ਮੂਵੀ ਆ ਰਹੀ ਹੈ ਐਮੀ ਐਂਡ ਮਿਸਟਰ ਕੈਨੇਡੀਅਨ, ਪਰ ਉਹ ਕਿਸੇ ਕਾਰਨਵਸ਼ ਰਿਲੀਜ਼ ਨਹੀਂ ਹੋਈ ਹਲੇ ਅਤੇ ਉਹਦੇ ਵਿੱਚ ਮੈਨੂੰ ਮਦਰ ਦਾ ਰੋਲ ਮਿਲਿਆ ਸੀ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਹੀ ਰੋਲ ਮਿਲਦੇ ਰਹਿਣ, ਮਦਰ ਦੇ, ਭਾਬੀ ਦੇ, ਸਿਸਟਰ ਦੇ, ਅਤੇ ਮੈਂ ਆਪਣਾ ਆਪਣੇ ਦਰਸ਼ਕਾਂ ਦਾ ਮਨ ਜਿਹੜਾ ਉਹ ਮੋਹਦੀ ਰਹਾਂ ਅਤੇ ਮੈਨੂੰ ਅੱਛਾ ਲੱਗੇਗਾ। ਅਸੀਂ ਉਮੀਦ ਕਰਾਂਗੇ ਜਿਹੜਾ ਤੁਹਾਡਾ ਪ੍ਰੋਜੈਕਟ ਅਟਕਿਆ ਹੋਇਆ ਉਹ ਜਲਦੀ ਜਲਦੀ ਰਿਲੀਜ਼ ਹੋ ਜਾਵੇ। ਓਕੇ, ਥੈਂਕ ਯੂ। ਅਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੁਛ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਹਾਂਜੀ, ਮੈਂ ਮੈਸੇਜ ਇਹ ਦੇਵਾਂਗੀ ਕਿ ਸ਼ੌਂਕ ਦੀ ਕੋਈ ਉਮਰ ਨਹੀਂ ਹੁੰਦੀ ਔਰ ਉਹਦਾ ਕੋਈ ਮੁੱਲ ਨਹੀਂ ਹੁੰਦਾ। ਬਿਲਕੁਲ। ਅਤੇ ਮੈਂ ਤਾਂ ਆਈ ਐਮ ਸੋ ਲੇਟ, ਮੈਂ ਤਾਂ ਬਹੁਤ ਲੇਟ ਹੋ ਗਈ ਹਾਂ, ਪਰ ਮੈਂ ਕਹਿੰਦੀ ਹਾਂ ਕਿ ਜਿਨ੍ਹਾਂ ਬੱਚਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੀ ਕੋਈ ਗੁਣ ਹੈਗਾ ਹੈ ਤਾਂ ਉਹਨੂੰ ਤੁਸੀਂ ਜ਼ਰੂਰ ਸਾਹਮਣੇ ਲਿਆਓ। ਹੁਣ ਤਾਂ ਬਹੁਤ ਜ਼ਮਾਨਾ ਤਰੱਕੀ ਕਰ ਗਿਆ ਹੈ, ਬੜੀ ਜਲਦੀ ਪਲੇਟਫਾਰਮ ਮਿਲਦੇ ਨੇ, ਸਾਡੇ ਟਾਈਮ 'ਤੇ ਫਿਰ ਵੀ ਉਹਨੇ ਨਹੀਂ ਮਿਲਦੇ ਸੀ ਅਤੇ ਪਰ ਮੈਂ ਬਹੁਤ ਖੁਸ਼ ਹਾਂ। ਮੈਂ ਇਹੀ ਸਲਾਹ ਦੇਵਾਂਗੀ ਤੁਹਾਨੂੰ ਸਾਰਿਆਂ ਨੂੰ ਕਿ ਆਪਣੇ ਸ਼ੌਂਕ ਨੂੰ ਕਦੀ ਵੀ ਨਾ ਮਾਰਿਓ ਅਤੇ ਮੇਰੀ ਤਰ੍ਹਾਂ ਤੁਸੀਂ ਵੀ ਮਤਲਬ ਜ਼ਰੂਰ ਆਪਣਾ ਸ਼ੌਂਕ ਪੂਰਾ ਕਰਨਾ। ਫਿਰ ਮੈਮ ਮੈਂ ਇਹ ਕਹਾਂਗੀ ਕਿ ਏਜ ਇਜ਼ ਜਸਟ ਅ ਨੰਬਰ, ਤੁਹਾਨੂੰ ਲੱਗ ਰਿਹਾ ਤੁਸੀਂ ਲੇਟ ਆ ਪਰ ਤੁਹਾਨੂੰ ਦੇਖ ਕੇ ਲੱਗਦਾ ਨਹੀਂ ਸਾਨੂੰ ਕਿ ਤੁਸੀਂ ਇੰਨੇ ਲੇਟ ਆ। ਓਕੇ, ਅੱਛਾ ਜੀ, ਅੱਛੀ ਗੱਲ ਹੈ ਜੀ ਅਗਰ ਤੁਹਾਨੂੰ ਲੱਗ ਰਿਹਾ ਤੇ, ਪਰ ਮੈਂ ਸਮਝਦੀ ਹਾਂ ਕਿ ਆਈ ਐਮ ਮੈਚਿਓਰ ਪਰਸਨ। ਨਹੀਂ ਦੇਖੋ, ਉਮਰ ਸਿਰਫ ਸਰੀਰ ਦੀ ਹੁੰਦੀ ਹੈ, ਦਿਲ ਦੀ ਕੋਈ ਉਮਰ ਨਹੀਂ। ਇਹ ਤਾਂ ਹੈ, ਜਿਸ ਉਮਰ ਵਿੱਚ ਸ਼ੌਂਕ ਉੱਠਿਆ ਉਸ ਉਮਰ 'ਚ ਪੂਰਾ ਕਰ ਲਓ। ਬਿਲਕੁਲ ਜੀ ਬਿਲਕੁਲ, ਇਹ ਤੁਹਾਡਾ ਅੱਛਾ ਪਨ ਹੈ ਅਗਰ ਕਹਿ ਰਹੇ ਹੋ ਤੇ। ਅਤੇ ਇਸ ਦੇ ਨਾਲ ਨਾਲ ਹੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਚੈਨਲ HS ਪੰਜਾਬੀ ਦੇ ਉੱਤੇ ਆਏ ਅਤੇ ਸਾਡੇ ਦਰਸ਼ਕਾਂ ਦੇ ਨਾਲ ਰੂਬਰੂ ਹੋਏ ਅਤੇ ਸਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ। ਮੈਂ ਵੀ ਚੈਨਲ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਨਾਲ ਮਿਲਣ ਵਾਸਤੇ ਰੂਬਰੂ ਕੀਤਾ ਅਤੇ ਇੱਕ ਪਿਆਰੀ ਜੀ ਐਂਕਰ ਦੇ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਦਿੱਤਾ।
ਤੇ ਪਿਆਰੀ ਜੀ ਅੰਕਲ ਨੇ ਮੈਨੂੰ ਪੁੱਛਿਆ ਵੀ ਸਭ ਕੁਝ ਤੇ ਅੱਛਾ ਲੱਗਿਆ ਮੈਨੂੰ ਬਹੁਤ। ਤੇ ਦੋਸਤੋ ਇਸੀ ਮਿੱਠੀਆਂ ਮਿੱਠੀਆਂ ਗੱਲਾਂ ਕੰਚਨ ਅਗਨੀਹੋਤਰੀ ਜੀ ਦੇ ਨਾਲ ਇਸੇ ਤਰ੍ਹਾਂ ਮਿੱਠੀਆਂ ਗੱਲਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸਿਰਫ ਤੇ ਸਿਰਫ ਚੈਨਲ HS ਪੰਜਾਬੀ ਤੇ। ਧੰਨਵਾਦ।